ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਵੀਰ ਜੀ, ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੀ ਵੀਡੀਓ ਲੈ ਕੇ ਆਏ। ਇਹ ਹੈਗੀ ਹੈ ਲਾਹੌਰ ਸ਼ਹਿਰ ਦੀ, ਲਾਹੌਰ ਸ਼ਹਿਰ ਲਹਿੰਦੇ ਪੰਜਾਬ ਦਾ ਲਾਹੌਰ ਸ਼ਹਿਰ। ਮਿੱਤਰੋ ਕਿਆ ਬਾਤ ਹੈ ਮਿੱਤਰੋ, ਲਾਹੌਰ ਦੇ ਕੁਛ ਮਜ਼ੇ ਹੀ ਹੋਰ ਨੇ। ਲਾਹੌਰ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਖਾਣੇ, ਲਾਹੌਰ ਦੇ ਵਿੱਚ ਬਹੁਤ ਹੀ ਪਿਆਰਾ, ਬਹੁਤ ਹੀ ਅੱਛੀਆਂ ਅੱਛੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਅਤੇ ਲਾਹੌਰ ਦੇ ਵਿੱਚ ਲਾਹੌਰੀਆਂ ਦਾ ਵੀ ਬੋਲਣ ਦਾ ਕਿਆ ਅੰਦਾਜ਼ ਨੇ, ਉਹ ਕੀ ਹਾਲ ਹੈ ਭਾਅ ਜੀ ਤੁਹਾਡਾ। ਅਤੇ ਹਾਂਜੀ ਮਿੱਤਰੋ, ਬਹੁਤ ਹੀ ਜ਼ਿਆਦਾ ਮੁਹੱਬਤਾਂ ਪਿਆਰ ਲਾਹੌਰ ਦੇ ਵਿੱਚ ਮਿਲਦੀਆਂ ਨੇ। ਅਤੇ ਲਾਹੌਰ ਇੱਕ ਜ਼ਿੰਦਾ ਦਿਲ ਸ਼ਹਿਰ ਹੈ, ਲਾਹੌਰ ਇੱਕ ਜ਼ਿੰਦਾ ਦਿਲ ਸ਼ਹਿਰ ਹੈ। ਅਤੇ ਲਾਹੌਰ ਜਿਹਨੇ ਕਹਿੰਦੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਅਤੇ ਮਿੱਤਰੋ, ਆਪਾਂ ਜਲਦੀ ਨਾਲ ਇਸ ਦੇਖਾਂਗੇ ਇਸ ਵੀਡੀਓ ਨੂੰ, ਅਤੇ ਦੇਖਾਂਗੇ ਲਾਹੌਰ ਸ਼ਹਿਰ ਨੂੰ। ਅਤੇ ਮਿੱਤਰੋ ਆ ਜਾਓ ਜਲਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ, ਅਤੇ ਕਮੈਂਟ ਕਰਨਾ ਨਹੀਂ ਭੁੱਲਣਾ, ਕਮੈਂਟ ਜ਼ਰੂਰ ਕਰ ਦਿਓ ਮਿੱਤਰੋ। ਅਤੇ ਆਓ ਮਿਲ ਕੇ ਆਪਾਂ ਦੇਖਦੇ ਹਾਂ ਇਸ ਲਾਹੌਰ ਸ਼ਹਿਰ ਨੂੰ। ਹਾਂਜੀ, ਆਪਾਂ ਦੇਖ ਰਹੇ ਹਾਂ ਲਾਹੌਰ ਦੀਆਂ ਖੁੱਲੀਆਂ ਸੜਕਾਂ, ਅਤੇ ਲਾਹੌਰ ਦੇ ਖੁੱਲ੍ਹੇ ਕੈਮਰੇ ਦੇ ਨਾਲ ਉਹ ਦਿਖਾ ਰਹੇ ਨੇ। ਅਤੇ ਦੇਖੋ ਲਾਹੌਰ ਕਿੰਨਾ ਇੱਕ ਖੂਬਸੂਰਤ ਸ਼ਹਿਰ ਹੈ, ਬਾਦਸ਼ਾਹੀ ਮਸਜਿਦ ਆਪਾਂ ਦਿਖਾ ਰਹੇ ਨੇ। ਮੈਟਰੋ ਬੱਸ ਨੂੰ ਵੀ ਆਪਾਂ ਦੇਖਿਆ ਕਿ ਮੈਟਰੋ ਬੱਸ ਲਾਹੌਰ ਦਾ ਪਾਰਕ, ਮੇਰਾ ਖਿਆਲ ਕਹਿੰਦਾ ਇਹ ਹੈਗਾ ਪਾਰਕ। ਕਿੰਨੀ ਖੂਬਸੂਰਤੀ ਲਾਹੌਰ ਦੇ ਵਿੱਚ ਦੇਖੀ ਜਾ ਰਹੀ ਹੈ। ਬਾਕੀ ਸੱਚੀਆਂ ਗੱਲਾਂ ਨੇ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਲਾਹੌਰ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਹੌਰ ਦੀ ਖੂਬਸੂਰਤੀ, ਲਾਹੌਰ ਦੇ ਵਿੱਚ ਤਰੀਕੀ ਵੀ ਬਿਲਡਿੰਗਾਂ ਪਾਈਆਂ ਜਾਂਦੀਆਂ ਨੇ, ਤਰੀਕੀ
ਕਿਹੜੀ ਜਗ੍ਹਾ ਸੀ ਅਮਨ? ਦਿੱਲੀ ਗੇਟ। ਆਪਾਂ ਦੇਖ ਰਹੇ ਹਾਂ ਮਿੱਤਰੋ ਟ੍ਰੇਨ, ਟ੍ਰੇਨ ਵੀ ਜਾ ਰਹੀ ਹੈ ਮਿੱਤਰੋ, ਤੇ ਟ੍ਰੇਨ ਨੂੰ ਆਪਾਂ ਦੇਖ ਰਹੇ ਹਾਂ ਮਿੱਤਰੋ, ਟ੍ਰੇਨ ਵੀ ਜਾ ਰਹੀ ਹੈ। ਟ੍ਰੇਨ ਬਹੁਤ ਹੀ ਸਹੂਲਤਾਂ ਲਾਹੌਰ ਦੇ ਵਿੱਚ ਪਾਈਆਂ ਗਈਆਂ ਨੇ ਤੇ ਬਹੁਤ ਜ਼ਿਆਦਾ ਦੇਖ ਰਹੇ ਨੇ। ਲਾਹੌਰ ਨੂੰ ਆਪਾਂ ਦੇਖ ਰਹੇ ਹਾਂ ਕਿ ਉਹਨੂੰ ਲਾਹੌਰ ਪਾਤਸ਼ਾਹੀ ਮਸਜਿਦ ਹਾਂਜੀ, ਗੁਰਦੁਆਰਾ ਲਾਹੌਰ ਦਾ ਗੁਰਦੁਆਰਾ ਵੀ ਦਿਖਾਇਆ ਗਿਆ ਕਿ ਲਾਹੌਰ ਦੇ ਵਿੱਚ ਗੁਰਦੁਆਰਾ ਵੀ ਉਹਨਾਂ ਦਿਖਾਇਆ ਹੈ ਕਿ ਬਸੰਤ ਵੀ ਦਿਖਾ ਰਹੇ ਨੇ ਗੁੱਡੀਆਂ। ਜਦੋਂ ਬਸੰਤ ਦਾ ਵਕਤ ਹੁੰਦਾ ਹੈ ਤੇ ਮਿੱਤਰੋ ਬਸੰਤ ਦਾ ਕਿਆ ਲਾਹੌਰ ਦੇ ਵਿੱਚ ਮਜ਼ਾ ਹੁੰਦਾ ਜੀ, ਬਹੁਤ ਹੀ ਮਜ਼ਾ ਆਉਂਦਾ ਲਾਹੌਰ ਬਸੰਤ ਦਾ। ਲਾਹੌਰ ਦੇ ਵਿੱਚ ਚਿੰਚੀ ਰਿਕਸ਼ੇ ਵੀ ਲੋਕ ਇੰਨੇ ਹੁੰਦੇ ਨੇ ਕਿ ਕੋਈ ਅਗਰ ਆਟੋ ਰਿਕਸ਼ਾ ਜਾਂ ਚਿੰਚੀ ਰਿਕਸ਼ਾ ਤੇ ਫਿਰ ਵੀ ਮਿੱਤਰੋ ਬੈਠਣ ਦੀ ਜਗ੍ਹਾ ਨਹੀਂ ਮਿਲਦੀ। ਲਾਹੌਰ ਦੇ ਵਿੱਚ ਬੜੀਆਂ ਹੀ ਸਹੂਲਤਾਂ ਪਾਈਆਂ ਗਈਆਂ ਲੇਕਿਨ ਫਿਰ ਵੀ ਜਗ੍ਹਾ ਨਹੀਂ ਮਿਲਦੀ ਬੈਠਣ ਲਈ, ਇੰਨੇ ਲੋਕ ਸਫ਼ਰ ਲਈ ਜਾ ਰਹੇ ਹੁੰਦੇ ਨੇ। ਲਾਹੌਰ ਸ਼ਹਿਰ ਦੇਖ ਕੇ ਤੇ ਕਿੰਨੀ ਖੁਸ਼ੀ ਹੋਈ ਹੋਏਗੀ ਤੁਹਾਡੇ ਦਿਲ ਨੂੰ। ਅਗਰ ਤੁਸੀਂ ਲਾਹੌਰ ਸ਼ਹਿਰ ਨਹੀਂ ਗਏ ਤਾਂ ਤੁਸੀਂ ਲਾਹੌਰ ਸ਼ਹਿਰ ਨੂੰ ਦੇਖਿਆ ਹੈ ਅੱਜ ਲਾਈਵ ਤੇ ਕਿੰਨਾ ਮਜ਼ਾ ਆਇਆ। ਮੈਨੂੰ ਤਾਂ ਬਹੁਤ ਮਜ਼ਾ ਆਇਆ ਲਾਹੌਰ ਨੂੰ ਦੇਖ ਕੇ, ਲਾਹੌਰ ਦੇ ਖਾਣੇ, ਲਾਹੌਰ ਦੀਆਂ ਲੱਸੀ ਤੇ ਉਸ ਤੋਂ ਬਾਅਦ ਮਿੱਤਰੋ ਲਾਹੌਰ ਸ਼ਹਿਰ ਦੇ ਹੈ ਮਨਾਰੇ ਪਾਕਿਸਤਾਨ। ਆਪਾਂ ਬੜੀਆਂ ਜਗ੍ਹਾ 'ਤੇ ਗਏ ਹਾਂ, ਚਿੜੀਆ ਘਰ ਵਗੈਰਾ ਬਹੁਤ ਆਪਾਂ ਜਗ੍ਹਾ ਦੇਖੀਆਂ ਨੇ, ਪਾਰਕ ਦੇਖੇ ਨੇ। ਮਿੱਤਰੋ ਲਾਹੌਰ ਦੇਖਣ ਦਾ ਵਾਕਈ ਬਹੁਤ ਹੀ ਮਜ਼ਾ ਆਉਂਦਾ, ਲਾਹੌਰ ਦੇ ਵਿੱਚ ਜਾ ਕੇ ਤਾਂ ਬਹੁਤ ਮਜ਼ਾ ਆਉਂਦਾ। ਜਦੋਂ ਲਾਹੌਰ ਦੇ ਲਾਹੌਰੀਆਂ ਨੂੰ ਤੇ ਇੱਧਰ ਉੱਧਰ ਬੰਦਾ ਫਿਰਦਾ ਘੁੰਮਦਾ ਬੜਾ ਮਜ਼ਾ ਆਉਂਦਾ ਤੇ
ਵੀਡੀਓ ਦੇਖਣ ਦੇ ਵਿੱਚ ਵੀ ਅੱਜ ਲਾਹੌਰ ਦੇਖਣ ਨੂੰ ਬਹੁਤ ਮਜ਼ਾ ਆਇਆ ਹੈ। ਅਤੇ ਮਿੱਤਰੋ ਬਹੁਤ ਵਧੀਆ ਲੱਗਿਆ, ਅਤੇ ਮਿੱਤਰੋ ਅਗਰ ਤੁਹਾਨੂੰ ਵਧੀਆ ਲੱਗਾ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਲਾਹੌਰ ਸ਼ਹਿਰ ਕੈਸਾ ਲੱਗਾ। ਅਤੇ ਮਿੱਤਰੋ ਵੀਡੀਓ ਵੀ ਪੂਰੀ ਦੇਖਣਾ, ਅਤੇ ਲਓ ਮਿੱਤਰੋ ਆਪਾਂ ਮਿਲਾਂਗੇ ਫਿਰ ਨੈਕਸਟ ਨਵੀਂ ਵੀਡੀਓ ਦੇ ਨਾਲ ਤੁਹਾਡੇ ਤੁਹਾਨੂੰ। ਅਤੇ ਮਿੱਤਰੋ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।